ਤانوں ਮੈਂ ਬੈਸਟਮ ਬੈਸਟ ਰਿਜ਼ਲਟ ਦਿਖਾਉਣ ਲੱਗਾ ਇੱਕ ਹੋਰ ਡੀਐਸਆਰ ਮਸ਼ੀਨ ਦਾ ਬੀਬੀਸੀ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਦਾ ਇੱਕ ਬਹੁਤ ਕੁਮਾਰ ਰਿਜ਼ਲਟ ਮੇਰੇ ਸਾਹਮਣੇ ਆ ਆ ਦੇਖੋ ਕਿਸਾਨਾਂ ਨੂੰ ਦਿਖਾਉਣਾ ਬਹੁਤ ਜ਼ਰੂਰੀ ਆ ਕਈ ਵਾਰੀ ਅਸੀਂ ਮੰਨ ਜਾਂ ਛੱਡ ਜਾਂਦੇ ਆ ਆਪਾਂ ਨੂੰ ਲੱਗਦਾ ਵੀ ਐਵੇਂ ਬੇਕਾਰ ਆ ਯਾਰ ਵਾਹ ਦਿਓ ਉਹ ਕਰਦੇ ਹੋ ਜੋ ਕਰਦੇ ਹੋ ਆਪਾਂ ਕਿਸਾਨਾਂ ਤੋਂ ਵੀ ਰਿਵਿਊ ਲੈਨੇ ਆ ਤੇ ਬੰਦਾ ਵੀ ਬਹੁਤ ਘੈਂਟ ਆ ਯਾਰ ਬੰਦਾ ਸਿਰਾ ਹਰਿਆਣੇ ਦਾ ਅਸੀਂ ਨਰਮਾਣਾ ਵਾਲੀ ਸਾਈਡ ਤੇ ਆ ਮਤਲਬ ਹਰਿਆਣੇ ਦਾ ਵੀ ਤਕਰੀਬਨ ਤਕਰੀਬਨ ਅਸੀਂ ਅੱਧਾ ਪਾਸਾ ਅਸੀਂ ਕਵਰ ਕਰਤਾ ਆਓ ਚਾਣਾ ਹਾਂਜੀ ਬਾਈ ਤੇਰਾ ਨਾਮ ਪਹਿਲਾਂ ਦੱਸ ਸੰਦੀਪ ਕੁਮਾਰ ਹੈ ਜੀ ਸੰਦੀਪ ਕੁਮਾਰ ਹਾਂਜੀ ਕਿੰਨੇ ਕਿੱਲੇ ਬੀਜੇ ਇਹਦੇ ਨਾਲ ਸਿੱਧੀ ਵਿਜਾਈ ਨਾ 125 ਕਿੱਲੇ ਬੀਜੇ ਤੇ ਹੁਣ ਕੀ ਬਰ ਪੂਰੇ گاؤں ਮੈਂ ਅੱਛਾ 20 ਕਿੱਲੇ ਮਨਾ ਮਾਰੇ ਬੀਜੇ ਹੈ ਜੀ ਹਾਂ ਕਿਵੇਂ ਆ ਰਿਜ਼ਲਟ ਤੇਰੇ ਮਨ ਨਾਲ ਕਿਵੇਂ ਲਾਦਾ ਮੇਰੇ ਮਨ ਨਾਲ 90% ਕਾਮਯਾਬ ਮੰਨਦਾ ਹਾਂ 10% ਕਾ ਤੋ ਨਹੀਂ ਮੰਨਦਾ ਅਸੀਂ ਕਮੀਆਂ ਤਾਂ ਕਮੀਆਂ ਕਮੀ ਦੱਸ ਕਮੀ ਦੱਸ ਕਮੀ ਤਾਂ ਇਹ ਰੈਗੀ ਸਾਈਡ ਕੋਲ ਆਹਤ ਗੱਲ ਲੁਆਣੀ ਪੜਗੀ ਜੀ ਦਿਮਖਾ ਗਈ ਔਰ ਜੋ 72 ਹੈ 72 ਵੀ ਦੀ ਕੇ ਮਸ਼ੀਨ ਜੌਂਟਰ ਆਤੇ ਹਨਾ ਵਾਂ ਕੋ ਮਜ਼ਾ ਨਹੀਂ ਆਤਾ ਕਿਉਂ ਵੀ ਕਲਜੀਤ ਉਹਦਾ ਕੀ ਹੱਲ ਕਰੋਗੇ ਉਹਦਾ ਹੱਲ ਹੋ ਜਾਊਗਾ ਜੀ ਜੋ ਜ਼ਿੰਮੇਦਾਰ ਨੇ ਆਪ ਨੂੰ ਸੁਝਾ ਦਿੱਤਾ ਹਾਂ ਆਪਾਂ ਉਹ ਜਿਹੜੀਆਂ ਟੈਨਾਂ ਨੇ ਜਿੱਥੇ ਟਾਇਰ ਟ੍ਰੈਕਟਰ ਦੇ ਆਉਂਦੇ ਨੇ ਹਾਂ ਵੀ ਉੱਥੇ ਦਬਦੀ ਹੈ ਇਹ ਕਹਿੰਦਾ ਵੀ ਜਦੋਂ ਬਾਤ ਆ ਉੱਥੇ ਦਬ ਜਾਂਦਾ ਇਹਾਂ ਦਾ ਅਗਰ ਨੀਚੇ ਜਾਤ ਲਗਾਈ ਤਾਂ ਡੂੰਗਾ ਡੂੰਗਾ ਚਲੇ ਜਾਤਾ ਬਾਦਗਾ ਹਾਂ ਇਸ ਲਈ ਉਹ ਦਾਨ ਜਮਤਾ ਨਹੀਂ ਜਿਆਦਾ ਡੂੰਗਾ ਹੋਣੇ ਕੇ ਕਰ ਹਾਂ ਕੀ ਹਾਲ ਆਪਾਂ ਦੋ ਦੋ ਟੈਨਾ ਦੋਨੋਂ ਸਾਈਡ ਤੋਂ ਟਾਇਰ ਉਹ ਜੈਕ ਸਿਸਟਮ ਲਾਵਾਂਗੇ ਭਾਈ ਜਦੋਂ ਉਹ ਸੁੱਕੇ ਚ ਵੀ ਜਿਣਾ ਉਦੋਂ ਉੱਚਾ ਚੱਕ ਲੈ ਜਦੋਂ ਗਿੱਲੇ ਚ ਵੀ ਜਿਣਾ ਦੋ ਦੋ ਟੈਨਾ ਨੀਵੀਆਂ ਕਰਦੇ ਤੇ ਬਾਕੀ ਦਾ ਉਹ ਬਰਾਬਰ ਰਵੇ ਤੂੰ ਖੁਸ਼ ਆ ਆ ਖੁਸ਼ ਹਾਂ ਕੋਸਾ ਇਹ ਕੰਮ ਹੋ ਜਾ ਤੋ ਮਸ਼ੀਨ ਬਿਲਕੁਲ ਕਾਮਯਾਬ ਹੈ ਜੀ 100 ਕੀ 100 ਕਾਮਯਾਬ ਹੈ 100 ਦੀ 100 ਵੀ 100 ਕਹਤਾ ਨੇ ਫਿਰ ਸਿਰਫ ਇਹ ਕਮੀ ਹੈ ਇਹ ਆਪਾਂ ਜ਼ਿੰਮੇਦਾਰਾਂ ਦੇ ਕੋਲ ਪਹੁੰਚੇ ਤਾਂ ਹਾਂ ਵੀ ਹੋਰਾਂ ਨੂੰ ਜ਼ਿੰਮੇਦਾਰਾਂ ਨੂੰ ਇੱਕ ਤਾਂ ਇਹਨਾਂ ਦੇ ਤਜਰਬੇ ਤੇ ਇਹਨਾਂ ਦਾ ਖੇਤ ਦਿਖ ਜਾਵੇ ਹੂੰ ਦੂਜਾ ਆਪਾਂ ਨੂੰ ਵੀ ਜਦੋਂ ਜ਼ਿੰਮੇਦਾਰ ਕੋਲ ਪਹੁੰਚਾਂਗੇ ਤੇ ਇਹ ਆਪਣੇ ਨਾਲੋਂ ਜ਼ਿਆਦਾ ਸੋਚਦੇ ਨੇ ਵੀ ਕੀ ਕਸ਼ ਕਿੱਥੇ ਹੋ ਸਕਦਾ ਜੋ ਕਮੀ ਮਤਲਬ ਇਹ ਇਹਦੇ ਕਹਿਣ ਤੋਂ ਪਾਵੇ ਨੇ ਇਹ ਕਮੀ ਕੱਢੀ ਆ ਵੀ ਜਿਹੜਾ ਟੈਰਾਂ ਵਾਲਾ ਥਾਂ ਐ ਉਹ ਜਾਂਦਾ ਦਬ ਗੱਲ ਬੱਤਰ ਚ ਉਹ ਇੰਨਾ ਤਾਂ ਦਬਦਾ ਹੀ ਅਕਲਜੀ ਤੋਂ ਸਹੀ ਆ ਗੱਲ ਇਹਦੀ ਤੇ ਉਹਦੇ ਨਾਲ ਇਹ ਦੋ ਸੂਤ ਟੈਣ ਆਪਾਂ ਨੂੰ ਨੀਮੀ ਕਰਨੀ ਪਊਗੀ ਉਹੋ ਟੈਣਾ ਦੋ ਉਹ ਆਪਾਂ ਜੈਕ ਲਾ ਦੇਾਂਗੇ ਉਹ ਜਿੰਨੇ ਟੈਣ ਨੇ ਉਹਨਾਂ ਕੋਲ ਜੈਕ ਘਮਾ ਲਿਆ ਤੇ ਉਹ ਡਾਊਨ ਹੋ ਜਾਣਗੇ ਜਦ ਸੁੱਕੇ ਚ ਲੈ ਜਾਣਾ ਉਦੋਂ ਉਹਨੂੰ ਜੈਕ ਘਮਾਇਆ ਤੇ ਉੱਚਾ ਚੱਕ ਲਿਆ ਸਹੀ ਹੋ ਗਿਆ ਨਾ ਬਾਈ ਅੱਛਾ ਜੀ ਇਹ ਕਮੀ ਔਰ ਕੱਟ ਨਿਕਾਲ ਦਿਓ ਆਪ ਥੋੜਾ ਜੋ ਇਹ ਫਾੜੇ ਨਹੀਂ ਹੁੰਦੇ ਇਸਕੇ ਥੋੜਾ ਇਹ ਵੀ ਲਗਾ ਦਿਓ ਜੜ ਵਗੈਰਾ ਜਿਹਨੂੰ ਉਸਮੇ ਮੁਸ ਜਾਂਦੇ ਹੈ ਜੀ ਠੀਕ ਹੈ ਮਰੇ ਰਤ ਬਣੀ ਹੈ ਇਹ ਮਲੇ ਸਾਈਡ ਕੇ ਫਾੜੇ ਹਨ ਜੀ ਜੋ ਇੱਕ ਫੜਾ ਬਿਲਕੁਲ ਟੁੱਟ ਗਿਆ ਦਾ ਉਹ ਜੜ ਚ ਆ ਗਿਆ ਆਹਾਂ ਥੋੜਾ ਮਲ ਜ਼ਾਦ ਲਗਾ ਦਿਓ ਉਸਪੇ ਠੀਕ ਹੈ ਮਜ਼ਬੂਤ ਹੋ ਜਾਊਗੀ ਮਜ਼ਬੂਤ ਹੋ ਜਾਊਗੀ ਮਜ਼ਬੂਤ ਹੋ ਜਾਊਗੀ ਸਪਰਿੰਗ ਟੈਬ ਲਾ ਦੇਵਾਂਗੇ ਮਜ਼ਬੂਤ ਕਰਨ ਨਾਲ ਨਾ ਫਰੇਮ ਫੜੜਾ ਹੋ ਜਾਂਦਾ ਹੂੰ ਹੂੰ ਉਹਨੂੰ ਸਪਰਿੰਗ ਦੇ ਦੇਣਾ ਚਲੋ ਜੀ ਇਹ ਜਿਹੜੀ ਬਜਾਈ ਦੀ ਮਸ਼ੀਨ ਹੈ ਇਹਨੂੰ ਬਹੁਤ ਜ਼ਿਆਦਾ ਮਜ਼ਬੂਤ ਨਹੀਂ ਬਣਾਇਆ ਜਾ ਸਕਦਾ ਹੁੰਦਾ ਤੇ ਜਿੰਨਾ ਕਿ ਹੈਗਾ ਹਨਾ ਤੇ ਉਹਨੂੰ ਕਹੋ ਹੌਲ ਕਰ ਲੂਗਾ ਹੱਲ ਮੈਨੂੰ ਉਹ ਪਤਾ ਜਿਹੜਾ ਬੰਦਾ ਕੋਈ ਦਿੱਕਤ ਨਹੀਂ ਜ਼ਿਆਦਾ ਵਜ਼ਨ 1 ਕੁਇੰਟਲ ਵਜ਼ਨ ਹੋਰ ਜ਼ਿਆਦਾ ਹੋ ਜਾ ਨਹੀਂ ਫਿਰ ਵੀ ਕੋਈ ਦਿੱਕਤ ਨਹੀਂ ਇਸ ਵਿੱਚ ਇਹ ਸੁਪਰ ਸਿੱਧਾ ਵਾਲਾ ਕੰਮ ਨਹੀਂ ਹੈ ਜੀ ਹਾਂ ਕੋ ਜੁਗੀ ਮਤਲਬ ਤੇ ਝੋਨਿਆਂ ਦਾ ਰਿਜ਼ਲਟ ਮੈਨੂੰ ਕਿਵੇਂ ਲੱਗਦਾ ਤੈਨੂੰ ਕੁਝ ਵੱਡੇ ਵੀ ਗਏ ਆ ਝੋਨੇ ਬਵਰਿਆ ਆਹਾਂ ਵੱਡੇ ਹੈ ਜੀ ਹੈ ਮਸ਼ੀਨ ਕੇ ਵੱਡੇ ਤੇ ਇੱਕ ਹੋਰ ਦੱਸ ਮੈਨੂੰ ਪਿੱਛੇ ਮੈਨੂੰ ਇੱਕ ਰਿਪੋਰਟ ਮਿਲੀ ਆ ਕਹਿੰਦੇ ਵੀ ਮਸ਼ੀਨ ਦੀ ਪਜਾਈ ਨੂੰ ਰੋਗ ਘਟ ਪੈਂਦਾ ਬਿਮਾਰੀ ਘਟ ਪੈਂਦੀ ਆ ਦੇਖੋ ਜੀ ਘਾਹ ਬਹੁਤ ਜ਼ਿਆਦਾ ਹੈ ਮਤਲਬ ਤੰਗ ਕਰਤੇ ਸਰੂ ਮੇ

अगले साल तेरे पिंड लगूगा झोना मशीन ना नहीं लगूगा बिल्कुल लगूगा कि हम और किसी की नहीं कह सकते हम नब की बार बीस किले लगाए हैं दो भाई हाँ अलग अलग अगली साल चाली किले दोनों कण वो है और हमने किसी से वो लगाओ या ना लगाओ बाकी गांव से बंदे बहुत बोल रहे हैं मैं भी लगाऊंगा मैं भी लगाऊंगा वो उनकी मर्जी लगाएंगे या नहीं हम जरूर लगाएंगे ਮਤਲਬ ਇਹ ਕਿਸਾਨ ਖੁਸ਼ ਹੈ ਲੈ ਵੀ ਬੀਬੀਸੀ ਦੀ ਜੇ ਤੁਸੀਂ ਖਰੀਦਣੀ ਆ ਮਸ਼ੀਨ ਤਾਂ ਇੱਕ ਤੁਹਾਨੂੰ ਹੋਰ ਗੱਲ ਦਾ ਜੇ ਤੁਸੀਂ ਕਿਸਾਨਾਂ ਦਾ ਰਿਵਿਊ ਲੈਣਾ ਤਾਂ ਤੁਸੀਂ ਕਿਸਾਨਾਂ ਦੇ ਨੰਬਰ ਆ ਜਿਹੜੇ ਉਹ ਬੀਬੀਸੀ ਦੇ ਨੰਬਰ ਜਿਹੜੇ ਚੱਲ ਰਿਹਾ ਉਹਨਾਂ ਤੋਂ ਕਿਸਾਨਾਂ ਦੇ ਨੰਬਰ ਵੀ ਲੈ ਸਕਦੇ ਆ ਵੀ ਤੁਸੀਂ ਕਿਸੇ ਕਿਸਾਨ ਦੇ ਜਾ ਕੇ ਡਾਇਰੈਕਟ ਘਰੇ ਪਤਾ ਕਰਨਾ ਹੈ ਨਾ ਬਾਈ ਤੇ ਜੇ ਤੁਸੀਂ ਮਸ਼ੀਨ ਬੁੱਕ ਕਰਾਉਣੀ ਆ ਲੈਣੀ ਆ ਆਰਡਰ ਕਰਨੀ ਆ ਪਹਿਲਾ ਐਡਵਾਂਸ ਬੁਕਿੰਗ ਕਰਨੀ ਹੈ ਤਾਂ ਉਹ ਨੰਬਰ ਬੀਬੀਸੀ ਐਗਰੋ ਵਾਲਿਆਂ ਦਾ ਤੁਹਾਨੂੰ ਦਿਖਾਈ ਦੇ ਰਿਹਾ ਤੁਸੀਂ ਮਸ਼ੀਨ ਖਰੀਦ ਸਕਦੇ ਹੋ ਹਨਾ ਭਾਈ ਐਵੇਂ ਨਾ ਗੱਲਬਾਤ ਸਹੀ ਹੈ ਜੀ ਤੇ ਜੇ ਕਿਸੇ ਦਾ ਆਪਾਂ ਨੂੰ ਝੋਨਾ ਵੱਡ ਲਿਆ ਹੋਊਗਾ ਕਿਸੇ ਨੇ ਇੱਥੇ ਝੋਨਾ ਵੱਡਿਆ ਬਹੁਤ ਸ ਵੱਡੀਆਂ ਮਸ਼ੀਨਾਂ ਆ ਮਸ਼ੀਨਾਂ ਵਾਲਾ ਵੱਡਿਆ ਗਿਆ ਆਪਾਂ ਕੋਈ ਉਹ ਵੀ ਦੇਖਦੇ ਹਾਂ ਹਨਾ ਹਾਂ ਉਹ ਵੀ ਦੇਖਦੇ ਆ ਉਹ ਵੀ ਚਿੱਕੜ ਦੇਖਦੇ ਉਹ ਤੋਂ ਉਫਕਾ ਵੱਡਿਆ ਜੀ ਜੋ ਇਸੇ ਵੱਡਿਆ ਤਾਂ ਉਹ ਮਤਲਬ ਜੋ ਵੱਡਿਆ ਹੈ ਇਹ ਬਾਸਪਤੀ 1692 ਇਹ 1692 ਨਹੀਂ ਜੀ 1847 ਰੱਖ ਲੀ 1847 1847 ਜੀ ਬਹੁਤ ਜ਼ਿਆਦਾ ਫੱਬੇ ਪਾ ਕੇ ਆਪਾਂ ਨੂੰ ਜ਼ਿਆਦਾ ਖੇਤ ਆ ਬਾ ਹਾਂ ਬਾਸਪਤੀ ਵਾਲੇ ਹੀ ਮਿਲਿਆ ਹਰਿਆਣੇ ਚ ਸਾਰੇ ਤੇ ਆਪਾਂ ਲੈਨੇ ਆ ਪਤਾ ਫਿਰ ਗਾਹਾਂ ਵੀ ਠੀਕ ਆ ਓਕੇ